ਉਕਿੰਸਾ ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਇੱਥੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਦੇ ਵਾਰਸ ਹਾਂ। ਅਸੀਂ ਸਰਕਾਰ ਨੂੰ ਇਹ ਗੱਲ ਕਹਿ ਰਹੇ ਹਾਂ ਕਿ ਸਰਕਾਰ ਸਾਨੂੰ ਆਪਣੇ ਜਬਰ ਨਾਲ ਦਬਾ ਨਹੀਂ ਸਕਦੀ। ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗਰੀਬ ਤੇ ਦਲਿਤ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਹੜੱਪ ਲਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਤੱਕ ਕਾਂਗਰਸ ਸਰਕਾਰ ਉਕਤ ਲਟੇਰੇ ਮੰਤਰੀ ਖਿਲਾਫ ਕਾਰਵਾਈ ਨਹੀਂ ਕਰਦੀ ਤਦ ਤੱਕ ਲੋਕ ਇਨਸਾਫ ਪਾਰਟੀ ਆਪਣਾ ਸੰਘਰਸ਼ ਜਾਰੀ ਰੱਖੇਗੀ। ਉਹਨਾਂ ਖੇਤੀ ਸੁਧਾਰ ਕਾਨੂੰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਲਈ ਮਾਰੂ ਸਿੱਧ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਮੀਰ ਵਪਾਰੀਆਂ ਦੇ ਹੱਥਾਂ ਵਿੱਚ ਖੇਡ ਕੇ ਗਰੀਬ ਕਿਸਾਨਾਂ ਨੂੰ ਖਤਮ ਕਰਨ ਦੀ ਕੋਝੀ ਚਾਲ ਚੱਲ ਰਹੀ ਹੈ ਜਿਸ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਸੰਸਦ ਦਾ ਘਿਰਾਓ ਕੀਤਾ ਜਾਵੇਗਾ ਜਿਸ ਲਈ 23 ਸਤੰਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਕਾਫਲੇ ਦੇ ਰੂਪ ਵਿੱਚ ਨਵੀਂ ਦਿੱਲੀ ਲਈ ਰਵਾਨਾ ਹੋਵਾਂਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਨਸਾਫ਼ ਪਾਰਟੀ ਦੇ ਵੱਖ ਵੱਖ ਲੋਕ ਜਿਹੜੇ ਮੌਜੂਦ ਸਨ। ਇਨਸਾਫ਼ ਪਾਰਟੀ ਵਿੱਚ ਸ਼ਾਮਲ ਹੋਣ ਲਈ ਜਿਨ੍ਹਾਂ ਦਾ ਸਿਮਰਜੀਤ ਸਿੰਘ ਬੈਂਸ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਉਹਨਾਂ ਵਿੱਚ ਅੱਜ ਵਿਰਕਾ, ਘੋੜਕਾ, ਕਾਨਾ ਢੇਸੀਆਂ, ਬਡਾਲਾ, ਰੋੜਕਾ ਕਲਾਂ, ਸੰਘ ਢੇਸੀਆਂ ਬੋਪਾ ਰਾਏ, ਗੁਰਾਇਆ, ਰੋੜਕਾ ਖੁਰਦ ਅਤੇ ਬੜਾ ਪਿੰਡ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ 'ਤੇ ਸਰੂਪ ਸਿੰਘ ਕੰਡਿਆਣਾ, ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ, ਜਸਵੀਰ ਸਿੰਘ ਬੱਗਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਗਗਨਦੀਪ ਸਿੰਘ ਸਨੀ ਕੈਂਥ, ਹਰਪ੍ਰਭ ਮਹਿਲ ਸਿੰਘ, ਜਸਪ੍ਰੀਤ ਸਿੰਘ ਮਨੀ, ਦਵਿੰਦਰ ਸਿੰਘ ਸੰਗੋਵਾਲ, ਹਲਕਾ ਪ੍ਰਧਾਨ ਨਕੋਦਰ, ਸਿਮਰਜੀਤ ਸਿੰਘ ਲਾਲੀ ਪ੍ਰਧਾਨ ਹਲਕਾ ਨਕੋਦਰ, ਵਰਿੰਦਰ ਸਿੰਘ ਦਕਸ਼ ਪ੍ਰਧਾਨ ਸਿਟੀ ਗੁਰਾਇਆ, ਮਹਿੰਦਰ ਸਿੰਘ ਦਾਨਗੜ੍ਹ, ਗੁਰਮੀਤ ਸਿੰਘ ਮੁੰਡੀਆਂ ਪ੍ਰਧਾਨ ਹਲਕਾ ਸਾਹਨੇਵਾਲ, ਸੰਜੀਵ ਵਿਰਕ, ਗੁਰਬਲਿਹਾਰ ਸਿੰਘ ਜੋਸਨ ਪ੍ਰਧਾਨ ਸਿਟੀ ਫਲੌਰ ਅਤੇ ਹਰ ਸੀਨੀਅਰ ਆਗੂ ਮੌਜੂਦ ਸਨ। ਦਲਿਤ ਵਿਦਿਆਰਥੀ ਬਚਾਓ ਯਾਤਰਾ ਪਹਿਲੇ ਪੜਾਅ ਦਾ ਅੱਜ ਅੰਤਿਮ ਦਿਨ, ਮਤਲਬ ਕਿ ਚੌਥਾ ਦਿਨ, ਨਵਾਂ ਸ਼ਹਿਰ ਖੁਰਾਲਗੜ੍ਹ ਸਾਹਿਬ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੋਂ ਨਤਮਸਤਕ ਹੋ ਕੇ ਪਹਿਲਾ ਦਿਨ ਨਵਾਂ ਸ਼ਹਿਰ, ਫਿਰ ਜਲੰਧਰ, ਫਿਰ ਕੱਲ੍ਹ ਫਗਵਾੜਾ ਅਤੇ ਅੱਜ ਫਲੌਰ ਸਰੂਪ ਕੜਿਆਣਾ ਜੀ ਦੇ ਹਲਕੇ। ਮੰਗ ਹੈਗੀ ਆ ਧਰਮਸੋਤ, ਜਿਹਨੂੰ ਕਿਸੇ ਆਪੋਜੀਸ਼ਨ ਪਾਰਟੀ ਨੇ ਉਹਦਾ ਐਕਸਪੋਜ਼ਰ ਨਹੀਂ ਕੀਤਾ, ਉਹਦੇ ਵੱਡੇ ਸਕੈਮ ਦਾ। ਕਈ ਵਾਰੀ ਹੁੰਦਾ ਅਕਸਰ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਘੁਟਾਲੇ ਸੱਤਾਧਾਰੀ ਧਿਰ ਦੀਆਂ ਉਜਾਗਰ ਕਰਦੀਆਂ ਨੇ, ਇਹ ਡਿਫਰੈਂਟ ਆ। ਇਹ ਬਹੁਤ ਵੱਡਾ, ਬਹੁਤ ਕਰੋੜੀ ਸਕੈਮ ਇੱਕ ਸੀਨੀਅਰ IAS ਅਫਸਰ, ਪ੍ਰਿੰਸੀਪਲ ਸਕੱਤਰ ਵੈਲਫੇਅਰ ਨੇ ਰਿਟਨ ਸੈਂਕੜੇ ਪੇਜਾਂ ਦੀ ਰਿਪੋਰਟ ਗੌਰਮੈਂਟ ਨੂੰ ਸਬਮਿਟ ਕੀਤੀ। ਐਂਡ ਅਫਸੋਸ ਆ ਕਿ ਮੈਂ ਵਿਧਾਨ ਸਭਾ ਦੇ ਅੰਦਰ ਸੀ, ਬੜਾ ਅਪੋਜ਼ ਕੀਤਾ, ਬੜਾ ਪ੍ਰੋਟੈਸਟ ਕੀਤਾ CM ਦੇ ਸਾਹਮਣੇ ਪੁੰਜੇ ਬੈਠ ਕੇ, ਐਂਡ ਮੈਂ ਰਿਪੋਰਟ ਦੀ ਕਾਪੀ ਸੌਂਪੀ, ਡਿਮਾਂਡ ਕੀਤੀ ਵੀ ਇਹਨੂੰ ਚੱਲਦਾ ਕਰਕੇ ਸੈਂਟਰਲ ਫੰਡ ਦਾ ਸਕੈਮ ਹੈ, ਇਸ ਕਰਕੇ ਜਾਂਚ ਜਿਹੜੀ ਉਹ CBI ਨੂੰ ਦੇ ਦਿਓ। ਫਿਰ ਅਸੀਂ ਆਲ ਓਵਰ ਪੰਜਾਬ ਬੜਾ ਪ੍ਰੋਟੈਸਟ ਕੀਤਾ, ਪੁਤਲੇ ਫੂਕ, ਪਟਿਆਲਾ ਗਏ, ਤੁਹਾਨੂੰ ਸਾਰਾ ਪਤਾ ਜੋ ਕੁਛ ਉੱਥੇ ਜਬਰ ਜ਼ੁਲਮ ਤਸ਼ੱਦਦ। ਅਤੇ ਹੁਣ ਇਹ ਯਾਤਰਾ ਦਾ ਮਕਸਦ ਹੈਗਾ ਕਿ ਦਲਿਤ ਸਮਾਜ ਨੂੰ ਯੂਨਾਈਟ ਕਰਕੇ ਉਹਨਾਂ ਨੂੰ ਦੱਸ ਕੇ ਵੀ ਜੇ ਐਡਾ ਵੱਡਾ ਸਕੈਮ ਕਰਨ ਵਾਲਾ ਮਿਨਿਸਟਰ ਬਚ ਗਿਆ ਤਾਂ ਇੱਕ ਬੜਾ ਬੈਡ ਮੈਸੇਜ ਹੈਗਾ। ਜਿਹੜੇ ਬਾਕੀ ਦੇ ਅਧਿਕਾਰੀ ਅਤੇ ਪੋਲੀਟੀਸ਼ੀਅਨ ਆ ਉਹ ਸਮਝਣਗੇ ਧਰਮਸੋਤ ਦਾ ਕਿਸੇ ਨੇ ਕੀ ਵਿਗਾੜ ਲਿਆ, ਉਹ ਸੈਂਕੜੇ ਕਰੋੜ ਰੁਪਈਆ ਖਾ ਗਿਆ। ਅਤੇ ਬੱਚਿਆਂ ਦਾ, ਦਲਿਤ ਸਮਾਜਾਂ ਦਾ ਇਸ ਸਕੀਮ ਦੇ ਤਹਿਤ ਪੜ੍ਹਨਾ ਨਾਮੁਮਕਿਨ ਆ, ਮੁਸ਼ਕਲ ਆ, ਨਹੀਂ ਪੜ੍ਹ ਪਾਉਣਗੇ। ਅਤੇ ਜੇ ਦਲਿਤ ਸਮਾਜ ਯੂਨਾਈਟ ਹੋ ਕੇ ਕਰੋ ਕਾਂਗਰਸ ਦਾ ਬਾਈਕਾਟ, ਅਸੀਂ ਸਲੋਗਨ ਦਿੱਤਾ, ਜਿੰਨੀ ਦੇਰ ਤੱਕ ਧਰਮਸੋਤ ਬਰਖਾਸਤ ਹੋ ਕੇ ਜਾਂਚ CBI ਨੂੰ ਨਹੀਂ ਜਾਂਦੀ, ਐਂਡ 310 ਕਰੋੜ ਰੁਪਈਆ ਜਿਹੜਾ ਕੇਂਦਰ ਸਰਕਾਰ ਤੋਂ ਇਸ ਸਾਲ ਦਲਿਤ ਵਿਦਿਆਰਥੀਆਂ ਦੇ ਦਾਖਲਿਆਂ ਵਾਸਤੇ ਆਈ ਰਕਮ, ਉਹ ਜਾਰੀ ਨਹੀਂ ਹੁੰਦੀ। ਐਂਡ ਮੈਂ ਬੜੀ, ਮੈਨੂੰ ਇਸ ਗੱਲ ਦੀ ਤਸੱਲੀ, ਖੁਸ਼ੀ ਹੈ ਕਿ ਇਸ ਯਾਤਰਾ ਨੇ ਦਲਿਤ ਸਮਾਜ ਨੂੰ ਜਿੱਥੇ ਵੱਡੀ ਪੱਧਰ 'ਤੇ ਲਾਮਬੰਦੀ ਕੀਤੀ ਹੈ, ਐਂਡ ਲੋਕ ਸਮਝਦੇ ਆ ਸਾਨੂੰ, ਇੰਨੇ ਸਟੂਡੈਂਟਸ ਇਸ ਯਾਤਰਾ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਲੇ ਸਾਨੂੰ, ਐਂਡ ਸਾਰਿਆਂ ਨੇ ਸਪੋਰਟ ਕੀਤਾ। ਅਤੇ ਸੈਕਿੰਡਲੀ, ਜਿਹੜਾ ਖੇਤੀ ਸੁਧਾਰ ਆਰਡੀਨੈਂਸ, ਅੱਜ ਪ੍ਰਾਊਡ ਇਸ ਗੱਲ ਦਾ ਕਿ ਅਸੀਂ 3.5 ਮਹੀਨੇ ਪਹਿਲਾਂ ਜਲਿਆਂਵਾਲਾ ਬਾਗ ਤੋਂ ਇੱਕ ਯਾਤਰਾ ਸਟਾਰਟ ਕੀਤੀ, CM ਰੈਜੀਡੈਂਸ ਰੋਸ ਮਾਰਚ ਸਾਈਕਲ ਯਾਤਰਾ। ਅਸੀਂ ਸੜਕਾਂ ਦੇ ਉੱਤੇ ਤੰਬੂ ਲਾ ਕੇ ਰਹੇ,
ਤਾਂ ਕਿ ਲੋਕਾਂ ਦਾ ਇਸ ਅਤਿਅੰਤ ਗੰਭੀਰ ਮੁੱਦੇ ਦੇ ਉੱਤੇ ਧਿਆਨ ਕੇਂਦਰਿਤ ਕਰਨ ਵਾਸਤੇ ਵੀ ਟੈਂਟਾਂ 'ਚ ਇੰਨੀ ਗਰਮੀ 'ਚ ਕਿਉਂ ਰੁਲ ਰਹੇ ਆ। ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਪੈਂਫਲੇਟ ਵੰਡਿਆ, ਪ੍ਰਚਾਰ ਕੀਤਾ ਮੀਡੀਆ ਜ਼ਰੀਏ, ਆਪਣੇ ਸਪੀਚ ਦੇ ਜ਼ਰੀਏ, ਐਂਡ ਲੋਕਾਂ ਦੇ ਅੰਦਰ ਇੱਕ ਜਾਗਰੂਕਤਾ। ਉਸ ਜਾਗਰੂਕਤਾ ਦੇ ਫਲਸਰੂਪ ਵਿਧਾਨ ਸਭਾ ਅੰਦਰ ਕਾਂਗਰਸ ਗਵਰਨਮੈਂਟ ਨੂੰ ਪ੍ਰਸਤਾਵ ਮਜਬੂਰੀ ਬਸ ਲਿਆਉਣਾ ਪਿਆ। ਅਤੇ ਅੱਜ ਮੋਦੀ ਗਵਰਨਮੈਂਟ ਸਟੇਟ ਅਧਿਕਾਰਾਂ ਦੇ ਉੱਤੇ ਬਹੁਤ ਵੱਡਾ ਡਾਕਾ, ਐਂਡ ਅਫਸੋਸ ਆ ਕਿ ਉਹ ਪਾਰਟੀ ਅਕਾਲੀ ਦਲ ਜਿਹੜੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਸ਼ੁਰੂ ਤੋਂ ਲੰਬਰਦਾਰ ਰਹੀ ਹੈ, ਅੱਜ ਇੱਕ ਮਾਫੀਆ ਦੀ ਪਕੜ ਦੇ ਵਿੱਚ ਆ ਕੇ ਉਹਨਾਂ ਨੇ ਸਾਰਾ ਕੁਛ ਦਰਕਿਨਾਰ ਕਰ ਦਿੱਤਾ। ਭਾਰਤੀ ਸੰਵਿਧਾਨ ਦਾ 7ਵਾਂ ਸ਼ਡਿਊਲ, 14ਵੀਂ ਐਂਟਰੀ ਐਗਰੀਕਲਚਰ ਐਂਡ 26ਵੀਂ ਐਂਟਰੀ ਐਗਰੀਕਲਚਰ ਗੁੱਡਸ ਦਾ ਮਾਰਕੀਟਿੰਗ, ਉਹਨਾਂ ਦਾ ਮੰਡੀਕਰਨ, ਇਹ ਦੋਨੋਂ ਸਟੇਟ ਪਾਵਰ ਹੈਗੀ ਆ, ਫੈਡਰਲ ਸਿਸਟਮ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਬੜੀ ਸੂਝਵਾਨਤਾ ਦੇ ਨਾਲ ਇਸ ਵੱਡੇ ਮੁਲਕ ਨੂੰ ਚਲਾਉਣ ਵਾਸਤੇ ਸੰਘੀ ਢਾਂਚਾ ਸਾਨੂੰ ਸੰਵਿਧਾਨ ਦੇ ਗਿਆ। ਸਾਡੇ ਸੰਘੀ ਢਾਂਚੇ ਦੇ ਉੱਤੇ ਹਮਲਾ ਕੀਤਾ ਮੋਦੀ ਗਵਰਨਮੈਂਟ ਨੇ, ਐਂਡ ਮਜਬੂਰੀ ਬਸ ਮੈਂ ਕਹੂੰਗਾ ਬਾਦਲਾਂ ਦਾ ਜਿਹੜਾ ਰੈਜ਼ਿਗਨੇਸ਼ਨ ਬੀਬੀ ਜੀ ਹੋਰਾਂ ਦਾ, ਇਹ ਮਜਬੂਰੀ ਬਸ ਥੁੱਕ ਕੇ ਚੱਟਣਾ ਪਿਆ ਇਹਨਾਂ ਨੂੰ, ਕਿਉਂਕਿ ਸਾਰਾ ਪੰਜਾਬ ਸੜਕਾਂ 'ਤੇ ਆ ਗਿਆ। ਇਕੱਲੇ ਕਿਸਾਨ ਨਹੀਂ, ਇਕੱਲੇ ਖੇਤ ਮਜ਼ਦੂਰ ਨਹੀਂ, ਸਾਰਾ ਵਪਾਰੀ ਵੀ ਨਾਲ ਤੁਰ ਪਿਆ ਕਿ ਜੇ ਕਿਸਾਨ ਨਾ ਬਚਿਆ, ਕਿਉਂਕਿ ਸਾਡੀ ਜਿਹੜੀ ਇਕਾਨਮੀ ਆ ਬੇਸਡ ਔਨ ਐਗਰੀਕਲਚਰ, 80% ਤੋਂ ਜ਼ਿਆਦਾ ਸਾਡੀ ਨਿਰਭਰਤਾ ਜਿਹੜੀ ਆ ਸਿੱਧੇ ਦੇ ਸਿੱਧੇ ਢੰਗ ਦੇ ਨਾਲ ਖੇਤੀਬਾੜੀ ਦੇ ਉੱਤੇ ਹੈ। ਸੋ ਇਹ ਬੜਾ ਅਤਿਅੰਤ ਗੰਭੀਰ, ਪੰਜਾਬ ਨੂੰ ਤਬਾਹ ਕਰਨ ਵਾਲਾ ਜਿਹੜਾ ਕਾਨੂੰਨ ਬਣਿਆ, ਉਹਦੇ ਵਾਸਤੇ ਅਸੀਂ 23 ਤਰੀਕ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਟਰਸਾਈਕਲਾਂ ਦੇ ਉੱਤੇ ਕਾਲੇ ਝੰਡੇ ਫੜ ਕੇ ਦਿੱਲੀ ਵੱਲ ਕੂਚ ਕਰਾਂਗੇ ਰੋਸ ਮਾਰਚ ਕਰਦੇ ਹੋਏ, ਐਂਡ ਅਸੀਂ ਪਾਰਲੀਮੈਂਟ ਦਾ ਘਿਰਾਓ ਕਰਾਂਗੇ, ਪ੍ਰੈਸ਼ਰ ਬਿਲਡ ਕਰਾਂਗੇ ਤਾਂ ਕਿ ਮੋਦੀ ਗਵਰਨਮੈਂਟ ਰਾਸ਼ਟਰਪਤੀ ਕੋਲ ਇਸ ਜਿਹੜਾ ਬਿੱਲ ਇਹਨਾਂ ਨੇ ਲੋਕ ਸਭਾ ਦੇ ਵਿੱਚ ਪਾਸ ਕਰ ਲਿਆ, ਉਹ ਕਮ ਸੇ ਕਮ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ, ਖਾਸ ਕਰਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ, ਐਂਡ ਅਸੀਂ ਸਾਰੇ ਸਾਡੇ ਜਿਹੜੇ ਡਿਸਟ੍ਰਿਕਟ ਯੂਨਿਟ ਹੈ ਉਹ ਕਿਸਾਨ ਜਥੇਬੰਦੀਆਂ ਨੂੰ, ਚਾਹੇ ਰੇਲ ਰੋਕਣ ਦਾ ਪ੍ਰੋਗਰਾਮ ਹੈ, ਸੜਕਾਂ ਰੋਕਣ ਦਾ ਪ੍ਰੋਗਰਾਮ ਹੈ, ਬੰਦ ਦੇ ਪ੍ਰੋਗਰਾਮ ਹੈ, ਸਾਡੀ ਓਪਨਲੀ ਸਾਰੀ ਜਗ੍ਹਾ 'ਤੇ ਸਪੋਰਟ ਹੈਗੀ ਹੈ। ਬੜਾ ਬਹੁਤ ਜ਼ਬਰਦਸਤ ਹਾਂ ਪੱਖੀ ਰਾਤ ਅਸੀਂ ਪ੍ਰੋਗਰਾਮ ਸੀਗਾ ਸਾਡਾ 6:30 ਵਜੇ ਦੇ ਕਲੋਜ਼ਰ ਦਾ, ਵੀ 6:30 ਵਜੇ ਅਸੀਂ ਸਮਾਪਤ ਕਰ ਦੇਣੀ ਯਾਤਰਾ ਫਗਵਾੜਾ ਰਿਜ਼ਰਵ ਹਲਕਾ, ਅਤੇ ਰਾਤ ਨੂੰ 9:30 ਵਜੇ ਮੇਟਾਂ ਪਿੰਡ ਜਾ ਕੇ, ਐਂਡ 9:30 ਵਜੇ ਤੁਸੀਂ ਹੈਰਾਨ ਰਹਿ ਜਾਓਗੇ, ਮੇਰੇ ਫੇਸਬੁੱਕ ਪੇਜ ਦਾ ਲਿੰਕ ਖੋਲ੍ਹ ਕੇ ਦੇਖਿਓ, ਲੇਡੀਜ਼ ਨੌਜਵਾਨ ਬੱਚੇ ਬੱਚੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ 9:30 ਵਜੇ ਰਾਤ ਨੂੰ। ਸੋ ਇਸ ਗੱਲ ਦਾ ਸੰਕੇਤ ਆ ਲੋਕ ਉੱਠੇ ਆ, ਯੂਨਾਈਟ ਹੋਏ ਆ, ਐਂਡ ਇਹ ਯਾਤਰਾ ਦਾ ਪਹਿਲਾ ਪੜਾਅ ਸਮਾਪਤ ਹੋਇਆ। ਖੇਤੀ ਸੁਧਾਰ ਕਾਨੂੰਨ ਦੇ ਉੱਤੇ ਕੋਈ ਕੰਡਾ ਕਿਨਾਰਾ ਕਰਨ ਤੋਂ ਬਾਅਦ ਇਹ ਯਾਤਰਾ ਲਗਾਤਾਰ ਜਾਰੀ ਰਹਿਣੀ ਹੈ ਪੰਜਾਬ ਦੇ ਅੰਦਰ, ਜਿੰਨੀ ਦੇਰ ਤੱਕ ਧਰਮਸੋਤ ਡਿਸਮਿਸ ਹੋ ਕੇ CBI ਦੀ ਜਾਂਚ ਨਹੀਂ ਕੈਪਟਨ ਅਮਰਿੰਦਰ ਸਿੰਘ ਕਰਾਉਂਦੇ। ਉਸ ਟਾਈਮ ਦੇ ਵਿੱਚ ਇਹ ਜਿਹੜੇ MLA ਆ ਫਗਵਾੜਾ, ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਰਿਪੋਰਟ ਹੈ, ਮੈਂ ਅਸੀਂ ਆਪਣੇ ਪੋਸਟਰ ਬੈਨਰ ਦੇ ਉੱਤੇ ਲਿੰਕ ਪਾਇਆ, ਉਸ ਲਿੰਕ ਨੂੰ ਕਲਿੱਕ ਕਰੋਗੇ ਅਤੇ ਉਹ ਰਿਪੋਰਟ 60 ਪੇਜਾਂ ਦੀ, ਤਾਂ ਕਿ ਹਰੇਕ ਬੰਦਾ ਉਹ ਰਿਪੋਰਟ ਪੜ੍ਹ ਲਵੇ। ਸਾਡਾ ਮਕਸਦ ਹੈਗਾ ਕਿ ਜਾਣਕਾਰੀ ਜਿਹੜੀ ਆ ਲਿਟਲ ਨੌਲੇਜ ਦੇ ਡੇਂਜਰਸ ਥਿੰਗ, ਬੰਦੇ ਐਵੇਂ ਹਵਾ ਤੀਰ ਛੱਡੀ ਜਾਣ ਠੀਕ ਨਹੀਂ। ਵਿਧਾਇਕ ਸਾਹਿਬ ਜਦੋਂ ਡਾਇਰੈਕਟਰ IAS ਸੀਗੇ, ਇਹ ਡਾਇਰੈਕਟਰ ਵੈਲਫੇਅਰ ਸੀਗੇ, ਆਪਣੇ ਅਹੁਦੇ ਤੋਂ ਰੈਜ਼ਿਗਨੇਸ਼ਨ ਦੇ ਕੇ ਇਲੈਕਸ਼ਨ ਲੜਦੇ ਆ, ਉਸ ਰਿਪੋਰਟ ਦੇ ਵਿੱਚ ਦਰਜ ਹੈ, ਬੈਂਸ ਨਹੀਂ ਕਹਿ ਰਿਹਾ, ਉਸ ਰਿਪੋਰਟ ਦੇ ਵਿੱਚ ਦਰਜ ਆ ਅਸਤੀਫਾ ਦੇਣ ਤੋਂ ਬੈਕਡੇਟਸ ਦੇ ਵਿੱਚ ਜਿਹਨਾਂ ਕਾਲਜ ਐਂਡ ਯੂਨੀਵਰਸਿਟੀਆਂ ਦਾ ਕੋਈ ਵਜੂਦ ਨਹੀਂ, ਜਿਨ੍ਹਾਂ ਦੇ ਵਿੱਚ ਬੋਗਸ ਸਟੂਡੈਂਟ SC ਉਹਨਾਂ ਦੇ ਦਾਖਲੇ ਕਰਕੇ ਇਹ ਖਜ਼ਾਨਾ ਹੜੱਪਿਆ ਗਿਆ। ਜਿਹੜਾ ਰੂਟ ਹੈਗਾ ਰਸਤਾ, ਉਹ ਸਤਿਕਾਰਯੋਗ ਫਗਵਾੜਾ ਤੋਂ MLA ਸਰਦਾਰ ਧਾਲੀਵਾਲ ਸਾਹਿਬ ਦੀ ਕਰਤੂਤ ਉਸ ਰਿਪੋਰਟ ਦੇ ਵਿੱਚ ਆ। ਕੱਲ੍ਹ ਉਹਨਾਂ ਦੀ ਕੋਠੀ ਦੇ ਆਲੇ ਦੁਆਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਡਿਪਿਊਟ ਕੀਤੇ ਹੋਏ ਸੀ, ਐਂਡ ਸਾਡਾ ਤਾਂ ਪ੍ਰੋਗਰਾਮ ਹੀ ਨਹੀਂ ਉਹਦੇ ਘਰ ਜਾਣ ਦਾ। ਸਾਡਾ ਪ੍ਰੋਗਰਾਮ ਤਾਂ ਹੈਗਾ ਜਿੱਥੇ ਮਜੋਰਿਟੀ ਦੇ ਵਿੱਚ ਸਾਡਾ ਦਲਿਤ ਭਾਈਚਾਰਾ ਰਹਿੰਦਾ, ਉਹਨਾਂ ਨੂੰ ਅਸੀਂ ਯੂਨਾਈਟ ਕਰਦੀ, ਉਹਨਾਂ ਨੂੰ ਤਕੜੇ ਕਰਦੀ ਵੀ ਇਕੱਠੇ ਹੋ ਜਾਓ, ਇਹ ਚਾਹੇ ਦਾ ਨਹੀਂ ਪਏ ਦਾ ਨੁਕਸਾਨ ਹੈਗਾ। ਅੱਜ ਧਰਮਸੋਤ ਬਚ ਗਿਆ ਅਤੇ ਇੱਕ ਮੈਸੇਜ ਬੜਾ ਬੈਡ ਹੈਗਾ। ਸੋ ਅਸੀਂ ਇਸ ਕੰਮ ਦੇ ਵਿੱਚ ਜ਼ਰੂਰ ਲੋਕਾਂ ਨੂੰ ਜਾਗਰੂਕ ਕਰਕੇ ਗਵਰਨਮੈਂਟ ਨੂੰ ਮਜਬੂਰ ਕਰਦੇ ਹਾਂ ਵੀ ਉਹਨਾਂ ਨੂੰ ਇਹ ਕਪੜੇਬਾਜ਼ ਮਿਨਿਸਟਰ ਕੱਢਣਾ ਪਏਗਾ। ਜਦੋਂ ਤੱਕ ਡਿਸਮਿਸਲ ਨਹੀਂ ਹੁੰਦਾ ਸਕੈਮ ਕਰਨ ਵਾਲੇ ਮਿਨਿਸਟਰ ਦਾ। ਅੱਜ ਲੋਕ ਇਨਸਾਫ ਪਾਰਟੀ ਵੱਲੋਂ ਪਹਿਲੇ ਪੜਾਅ ਦੇ ਚੌਥੇ ਦਿਨ ਹਲਕਾ ਫਲੌਰ ਵਿੱਚ ਜੋ ਰੈਲੀ ਕੱਢੀ ਗਈ, ਦਲਿਤ ਵਿਦਿਆਰਥੀ ਬਚਾਓ ਯਾਤਰਾ, ਜਿਹਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਨੇ ਹਲਕਾ ਫਲੌਰ ਦਾ ਅਤੇ ਸਰਦਾਰ ਸਰੂਪ ਸਿੰਘ ਕੜਿਆਣਾ ਜੀ ਨੇ ਹਲਕਾ ਫਲੌਰ ਵਿੱਚ ਇਹ ਰੈਲੀ ਕੱਢੀ। ਇਹ ਰੈਲੀ ਵਿਰਕਾਂ ਤੋਂ ਸ਼ੁਰੂ ਹੋ ਕੇ
बडाला, बडाले तो बड़ा रुड़का, रुड़का तो ग्रैया तो बड़ा पिंड होंदे हुए समाप्ति की गई। इस रैली विच उन्होंने दलित विद्यार्थियों उन्होंने जागरूक किया तो उन्होंने दसिया कि साडे हकां लई सानू लड़ना पैना। सो उन्होंने हर थां रुक रुक के लोगों जागरूक किया, हर 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 पड़ा दे विच उन्होंने हर हर किसान वर्ग, दलित विद्यार्थी वर्ग ते उन्होंने खेतीबाड़ी वर्ग हर हर तरीके नाल मतलब लोगों को जागरूक करने की कोशिश की। लोगों ने उन्हों का बहुत सहयोग दिता, आम जनता ने। मैं उन्हों आम जनता का जी लोक इंसाफ पार्टी के नाल इस रैली में जुड़े तो उन्होंने साथ दिता, साढ़े वलंटीयर ने उन्हों का बहुत धन्यवाद करदा दिलों। जो आप देखते हैं कि दोनों सरकार, अकाली सरकार ते कांग्रेसी सरकार, इन्हों आप बार बार देखिया, ये आपां नूं लुट्टणते हुई हैं सरकार। आप गल करते हैं बादल परिवार की, जिहड़ा हरसिमरत कौर बादल ने हुण अस्तीफा दिता, जदों उन्होंने ये बिल पास है उत्थे मौजूदा सरकार विच शामिल सके, जदों ये बिल पास होया उन्हां नूं उदों ही अपना रिजाइन देना चाहिदा सी ते जिमीदारा हक विच खड़ना चाहिदा सी। जो उन्होंने अपनी जिम्मेदारी नहीं निभाई तो उन्होंने मतलब हुण आपां नूं स्पष्ट पता लग गया कि ये सिर्फ एक ड्रामेबाजी, राजनीति ड्रामेबाजी चलती पई आ। तो कैप्टन साहब हुण उन्होंने इदा लगता भी हुण कुछ गांह होना नहीं है, वो हुण अपने एक गुंडागर की लाठीचार्ज से उतर आए। तो तुसीं देखिया ही है कि जो उन्होंने पटियाले विच उन्होंने बौखलाहट हो गई कि मैं किसी के मूहरे नहीं आ सकता सच्चे बंदे दे, ते आपां सच्चे बंदे दे उन्होंने उत्थे लाठीचार्ज करवाता। इस करके आप चाहते हैं कि ये हुण सरकारां तो आप माड़ियां सरकारां तो पिछा छड़ा के आप सरदार सिमरजीत सिंह बैंस जिन्हां दा साफ सुथरा चेहरा, साफ सुथरा आक्सिया, एक बार इदां दा चेहरा अपने पंजाब सरकार सानू मिले, उन्हां दी सरकार देखिए, फिर देखो अपने पंजाब दा जो हुण एन वधिया हो जाऊगा सारा कुछ। तो मैं अज उन्हां दा बहुत धन्यवाद करदा जिहड़े मेरियां मेरे रैली विच पहुँचे, तो जिन्होंने साथियों ने मेरा साथ दिता। मैं गांह तो उम्मीद करदा कि ये मेरे नाल जिदा अज खड़े आ, ये मेरे नाल 2022 दे इलैक्शनां विच भी मेरे नाल इदां ही मेरा साथ देणगे, ते आपां इन्हां नूं मूंह तोड़ जवाब दे सकांगे।